ਤੇ ਇੰਡੀਅਨ ਰੁਪਈਆਂ ਚ ਵੀ ਦੱਸਨੇ ਪਿਆ ਆਪਾਂ ਹਿਸਾਬ ਲਾ ਸਕਦੇ ਆ ਵੀ ਕਿੰਨੇ ਕ ਦਾ ਸਮਾਨ ਤੁਹਾਨੂੰ ਮਿਲਦਾ ਉਹੀ 13.5 ਯੂਰੋ ਹੋ ਗਿਆ ਵੀ ਇੰਨਾ ਜ਼ਿਆਦਾ ਫਰਕ ਪੈ ਗਿਆ ਅੱਜ ਫਿਰ ਤੁਹਾਨੂੰ ਕਰਾਉਂਦੇ ਆ ਮਾਰਕੀਟ ਦਾ ਟੂਰ ਮਾਰਕੀਟ ਵਾਸਤੇ ਆਪਾਂ ਪਹੁੰਚੇ ਲੀਡਲ ਜਿਹੜੀ ਕਿ ਇਟਲੀ ਦੀ ਬੜੀ ਮਸ਼ਹੂਰ ਮਾਰਕੀਟ ਹੈ ਜਿਹੜੀ ਕਿ ਯੂਰਪ ਦੇ ਵਿੱਚ ਵੀ ਕਾਫੀ ਜਗ੍ਹਾ ਤੇ ਮਿਲ ਜਾਂਦੀ ਸਵਿਟਜ਼ਰਲੈਂਡ ਗਏ ਸੀ ਆਪਾਂ ਨੂੰ ਉੱਥੇ ਵੀ ਦੇਖਣ ਮਿਲੇ ਸੀ ਜਿੱਥੇ ਅੱਜ ਆਪਾਂ ਘਰ ਦਾ ਥੋੜਾ ਬਹੁਤਾ ਸਮਾਨ ਖਰੀਦਾਂਗੇ ਤੇ ਨਾਲ ਤੁਹਾਨੂੰ ਦਾ ਟੂਰ ਕਰਾਵਾਂਗੇ ਜੀ ਤੇ ਹਾਂਜੀ ਕੀ ਕਰ ਰਹੇ ਹੋ ਰੇਡੀ ਕੱਢਣ ਲੱਗੇ ਅਵਲੀਨ ਵਾਸਤੇ ਲਓ ਜੀ ਸਾਡੀ ਅਵਲੀਨ ਕਹਿੰਦੀ ਮੈਂ ਵੀ ਛੋਟੀ ਜਿਹੀ ਰੇਡੀ ਕੱਢਣੀ ਹੈ ਤੇ ਬੱਚਿਆਂ ਵਾਸਤੇ ਇਹਨਾਂ ਨੇ ਛੋਟੀ ਛੋਟੀਆਂ ਰੇਡੀਆਂ ਲਾਈਆਂ ਖੁਸ਼ਬੂ ਆਉਂਦੀ ਵੀ ਹੈ ਸਾਹਮਣੇ ਫੋਰਨਾਂ ਲੱਗੀਆਂ ਵੀ ਇੱਥੇ ਗਰਿੱਲ ਗਰੁੱਲ ਕਰੀਦਾ ਵੜਦੇ ਸਾਰ ਹੀ ਵੀ ਬੰਦੇ ਦਾ ਮੂਡ ਬਣ ਜਾਵੇ ਖਾਣ ਪੀਣ ਨੂੰ ਤੇ ਇਹਨਾਂ ਨੇ ਪੀਜ਼ਾ ਲਾਏ ਨੇ ਛੋਟੇ ਛੋਟੇ 2 ਯੂਰੋ ਦਾ ਇੱਕ ਛੋਟਾ ਜਿਹਾ ਪੀਜ਼ਾ ਲਾਇਆ ਤੇ ਹੋਰ ਵੀ ਬਹੁਤ ਤਰੀਕੇ ਦੇ ਲਾਏ ਨੇ ਮੋਹਕਮ ਸਿੰਘ ਨੂੰ ਤੁਹਾਡੇ ਨੂੰ ਭੁੱਖ ਛੇਤੀ ਲੱਗਦੀ ਤੇ ਹੁਣ ਕਹਿਣ ਵੀ ਲੱਗ ਗਿਆ ਲੈ ਲਓ ਅੱਜ ਪਹਿਲਾਂ ਮੰਮਾ ਕੋਲ ਚੱਲੀਏ ਦੇਖਣੇ ਕਿਹੜੀ ਕੀ ਲੈਣ ਵਾਲਾ ਸਮਾਨ ਤੇ ਫਿਰ ਉਸ ਤੋਂ ਬਾਅਦ ਇੱਧਰ ਲੱਗਾ ਜੀ ਮਾਰਕੀਟ ਹੈਗੀ ਹੈ ਫਰੂਟਾ ਫਰੂਟ ਫਰੂਟ ਵਗੈਰਾ ਲੱਗਾ ਹੋਇਆ ਲੀਚੀ ਵੀ ਮਿਲ ਜਾਂਦੀ ਲੀਚੀ ਦੇ ਰੇਟ ਦੇਖਿਆ ਜੀ ਕਿਵੇਂ ਨੇ रंग दी गोभी है देखी नवी नवी गोभी याद की इटली वाले ने जिवें नवी नवी आइटम कर देना ਫਲੀਆਂ ਵੀ ਹੈਗੀਆਂ ਕਿਵੇਂ ਲੱਗੀਆਂ ਫਲੀਆਂ ਵੀ ਮਿਲ ਜਾਂਦੀਆਂ ਸੀ 2 ਐਰੋ ਨੂੰ ਕਿਲੋ ਦੇ ਹਿਸਾਬ ਨਾਲ ਫਲੀਆਂ ਲੱਗੀਆਂ ਇਹਨੂੰ ਦੇਖ ਕੇ ਤੇ ਮੈਨੂੰ ਲੱਗੀ ਜਾਂਦਾ ਜਿਵੇਂ ਇਮਲੀ ਨਹੀਂ ਪੀ ਜਾਂਦੀ ਕਿ ਚੱਕ ਕੇ ਦੇਖ ਹੀ ਲਾ ਕੀ ਸਬਜ਼ੀ ਦਾ ਕੀ ਸ਼ਾਇ ਰੋਸੇ ਪਿਕੋਤੇ ਬਾਰਬੀ ਤੋੜੇ ਇੱਕ ਚੁਕੁੰਦਰ ਏ ਚੁਕੁੰਦਰ ਲੱਗਦੀ ਸਰ ਜੀ ਮਿਲਦੇ ਆ ਤੇ ਆਲੂ ਪਿਆਜ਼ ਦੇ ਰੇਟ ਕੁਝ ਇਸ ਤਰ੍ਹਾਂ ਨੇ ਜੇ ਆਪਾਂ 5 ਕਿਲੋ ਆਲੂ ਲੈਣੇ ਨੇ 3 ਯੂਰੋ 49 ਸੈਂਟ ਦੇ ਆਪਾਂ ਨੂੰ ਮਿਲ ਜਾਂਦੇ ਨੇ ਆਲੂ ਅਤੇ ਹੋਰ ਵੀ ਵਰਾਇਟੀਆਂ ਹੈਗੀਆਂ ਅਤੇ ਉਹਨਾਂ ਦੇ ਵਰਾਇਟੀਆਂ ਦੇ ਹਿਸਾਬ ਨਾਲ ਉਹਨਾਂ ਦੇ ਰੇਟ ਨੇ ਅਤੇ ਹੁਣ ਆਹ ਜਿਹੜੇ ਲੱਗੇ ਨੇ ਆਲੂ ਨੇ ਇੱਥੇ 1 ਯੂਰੋ 79 ਸੈਂਟ ਦੇ ਨੇ ਜਿਹੜੇ ਕਿ ਆਪਾਂ ਨੂੰ 1.5 ਕਿਲੋ ਮਿਲਦੇ ਪਏ ਨੇ ਅਤੇ ਉਹ ਜਿਹੜੇ 5 ਕਿਲੋ ਅਤੇ 3.5 ਯੂਰੋ ਦੇ ਆਪਾਂ ਨੂੰ ਮਿਲਦੇ ਪਏ ਨੇ ਅਤੇ ਉਸ ਤੋਂ ਬਾਅਦ ਪਿਆਜ਼ ਨੇ ਹੁਣ ਬਿਓਲੋਜੀਕਲ ਪਿਆਜ਼ ਲਿਖਿਆ ਅਤੇ ਮਤਲਬ 1 ਯੂਰੋ ਦੇ ਆਪਾਂ ਨੂੰ 4 ਪਿਆਜ਼ ਮਿਲਦੇ ਪਏ ਨੇ ਅਤੇ ਆਹ ਜਿਹੜੇ ਅੱਗੇ ਲੱਗੇ ਨੇ ਪਿਆਜ਼ ਆਹ ਲੱਗੇ ਨੇ ਜੀ 1 ਯੂਰੋ ਦੇ 1.29 ਯੂਰੋ ਦੇ ਹਿਸਾਬ ਨਾਲ ਲੱਗੇ ਨੇ ਪਿਆਜ਼ ਅਤੇ ਟਮਾਟਰਾਂ ਦੇ ਵਿੱਚ ਵੀ ਕਾਫੀ ਸਾਰੀਆਂ ਵਰਾਇਟੀਆਂ ਤੇ ਆਪਾਂ ਚੀਜ਼ਾਂ ਦੇਖਦੇ ਉਹਨਾਂ ਕੋਲ ਚੀਜ਼ਾਂ ਦੀ ਇਕੱਲੀ ਇਕੱਲੀ ਚੀਜ਼ ਦੀ ਬਹੁਤ ਤਰ੍ਹਾਂ ਦੀ ਵਰਾਇਟੀ ਮਿਲ ਜਾਂਦੀ ਇਹਨਾਂ ਕੋਲ ਹੁਣ ਆਹ ਜਿਹੜੇ ਆਮ ਟਮਾਟਰ ਨੇ ਜਿਹੜੇ ਆ ਜਿਹੜੇ ਆਪਾਂ ਇਸਤੇਮਾਲ ਕਰਨੇ ਆ ਅਤੇ ਇਹਨਾਂ ਦਾ ਪ੍ਰਾਈਸ 2 ਯੂਰੋ 1 ਕਿਲੋ ਦੇ ਹਿਸਾਬ ਨਾਲ ਮਿਲ ਜਾਂਦੇ ਨੇ ਅਤੇ ਵਰਲਡ ਵਾਈਡ ਮਿਲਣ ਵਾਲਾ ਫੂਡ ਕੇਲੇ ਜਿਹੜੇ ਕਿ 1 ਯੂਰੋ 29 ਸੈਂਟ ਦੇ ਆਪਾਂ ਨੂੰ ਕਿਲੋ ਦੇ ਹਿਸਾਬ ਨਾਲ ਇੱਥੋਂ ਮਿਲ ਜਾਂਦੇ ਨੇ ਜੀ ਅਤੇ ਆਹ ਲੱਗਾ ਜੀ ਤੇਲ ਤੇਲ ਨੇ ਰੇਟਾਂ ਨੇ ਇੰਨੇ ਚੜੇ ਨੇ ਨਾ ਪੁੱਛੋ ਕੁਝ ਨਾ ਇਵੇਂ ਲੱਗਦਾ ਪਿਆ ਜਿਵੇਂ ਕੇ ਵਾਲੇ ਨਾ ਤੇਲ ਆਪਣੀਆਂ ਗੱਡੀਆਂ 'ਚ ਪਾ ਕੇ ਨਾ ਘਰਾਂ ਵਾਲਾ ਤੇਲ ਪਾ ਕੇ ਲੜਦੇ ਪਏ ਨੇ ਨਾ ਕਿ ਪੈਟਰੋਲ ਡੀਜ਼ਲ ਪਾ ਕੇ ਅਤੇ ਇਹੀ ਜਿਹੜਾ ਤੇਲ ਆਪਾਂ 2 ਯੂਰੋ 49 ਸੈਂਟ ਦਾ ਆਪਾਂ ਨੂੰ ਇੱਥੋਂ ਹੁਣ ਮਿਲਦੇ ਅੱਜ ਦੇ ਦਿਨ ਦੇ ਵਿੱਚ ਜਿਹੜਾ ਕਿ ਪਹਿਲਾਂ 1 ਯੂਰੋ 1.90 ਸੈਂਟ ਵੀ ਜਦੋਂ ਔਫਰ ਲੱਗੀ ਹੁੰਦੀ ਸੀ ਮਿਲ ਜਾਂਦਾ ਹੁੰਦਾ ਸੀ ਉਹੀ 13.5 ਯੂਰੋ ਹੋ ਗਿਆ ਵੀ ਇੰਨਾ ਜ਼ਿਆਦਾ ਫਰਕ ਪੈ ਗਿਆ ਕੀਵ ਅਤੇ ਜਿਹੜੀ ਰੂਸ ਦੀ ਲੜਾਈ ਲੱਗੀ ਹੈ ਅਤੇ ਸੋਰੀ ਯੂਕਰੇਨ ਦੀ ਅਤੇ ਉਸ ਤੋਂ ਬਾਅਦ ਜਿਹੜੀ ਕਰੋਨਾ ਕਰਕੇ ਆਪਾਂ ਨੂੰ ਪਤਾ ਹੀ ਹੈ ਕਿੰਨਾ ਮਹਿੰਗਾਈ ਦੇ ਵਿੱਚ ਫਰਕ ਪਿਆ ਅਤੇ ਇੱਕ ਹੋਰ ਖਾਸ ਗੱਲ ਹੈ ਵੀ ਜੂਸ ਵਾਲੀ ਇੱਥੇ ਲੱਗੀ ਮਸ਼ੀਨ ਵੀ ਸੰਗਤਰੇ ਦੇ ਤੁਸੀਂ ਤਾਜ਼ਾ ਜੂਸ ਕੱਢ ਕੇ ਪੀਣਾ ਹੋਏ ਅਤੇ ਆਪਣੇ ਜ਼ਰੂਰਤ ਦੇ ਹਿਸਾਬ ਨਾਲ ਜੇ ਪੂਰੀ ਬੋਤਲ ਭਰਨੀ ਹੋਏ 4.29 ਯੂਰੋ ਆਪਾਂ ਭਰ ਵੀ ਜੇ ਪੂਰੀ ਬੋਤਲ ਦੇ ਲੈ ਸਕਦੇ ਹਾਂ ਵੀ ਪੈਸੇ ਆਪਾਂ ਨੂੰ ਬਾਅਦ 'ਚ ਦੇਣੇ ਪੈਂਦੇ ਨੇ ਅਤੇ ਛੋਟੀ ਬੋਤਲ ਵੀ ਮਿਲ ਜਾਂਦੀ 2.5 ਯੂਰੋ ਦੀ ਆਪਾਂ ਛੋਟੀ ਬੋਤਲ 'ਚ ਜੂਸ ਦੀ ਲੈ ਸਕਦੇ ਹਾਂ ਅਤੇ ਹੁਣ ਜਿਹੜੀ ਇਟਲੀ ਦੇ ਵਿੱਚ ਮਹਿੰਗਾਈ ਕਾਫੀ ਹੋ ਗਈ ਜਿਵੇਂ ਸਾਰਿਆਂ ਨਾਲ ਸਾਰੇ ਪਾਸੇ ਹੋ ਗਈ ਹੈ ਮਹਿੰਗਾਈ ਆਪਾਂ ਨੂੰ ਪਤਾ ਹੀ ਹੈ ਅਤੇ ਉਸ ਹਿਸਾਬ ਨਾਲ ਉੱਥੇ ਵੀ ਸਮਾਨ ਜਿਹੜਾ ਮਹਿੰਗਾ ਹੋ ਗਿਆ ਅਤੇ ਮਹਿੰਗਾ ਮਿਲਦਾ ਅਤੇ ਇਹ ਵੀ ਜਿਹੜਾ ਸਨੈਕਸ ਸਨੂਕਸ ਵਾਲਾ ਏਰੀਆ ਜਿੱਥੋਂ ਤਰ੍ਹਾਂ ਤਰ੍ਹਾਂ ਦੇ ਨੇ ਸਨੈਕਸ ਮਿਲ ਜਾਂਦੇ ਨੇ ਅਤੇ ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਜੀ ਇੱਥੇ ਫਿਰ ਮੀਟ ਕਿਸ ਤਰ੍ਹਾਂ ਮਿਲਦਾ ਪਿਆ ਦੇਖ ਸਕਦੇ ਹਾਂ ਅਤੇ ਇੱਥੇ ਜਿਹੜਾ ਮੀਟ ਮੂਡ ਲਗਭਗ ਸਾਰੇ ਖਾ ਲੈਂਦੇ ਨੇ ਵੀ ਹਰ ਜਾਨਵਰ ਦਾ ਜਿਵੇਂ ਪਸ਼ੂ ਦਾ ਮੀਟ ਖਾ ਲੈਂਦੇ ਨੇ ਸੂਰ ਦਾ ਗਾਂ ਦਾ ਵੀ ਮੀਟ ਖਾ ਲੈਂਦੇ ਨੇ ਡਾਲੇ ਲੋਕ ਮੁਰਗੇ ਦਾ ਵੀ ਸਾਰੇ ਮੀਟ ਖਾ ਲੈਂਦੇ ਨੇ ਘੋੜੇ ਘਾੜੇ ਦਾ ਖਾ ਲੈਂਦੇ ਨੇ ਅਤੇ ਉਹ ਵੀ ਤੁਹਾਨੂੰ ਦਿਖਾਉਂਦੇ ਨੇ ਹੁਣ ਉਹਦੇ ਜਿਵੇਂ ਕਹੋ ਇੱਕ ਤਰ੍ਹਾਂ ਦੇ ਬਰਗਰ ਟਾਈਪ ਦੇ ਇੱਦਾਂ ਦੇ ਪੀਸ ਜੇ ਬਣਾ ਕੇ ਵਿੱਚ ਲਾ ਛੱਡਦੇ ਨੇ ਇੱਦਾਂ ਦੇ ਮੁਰਗੀ ਦੇ ਨੇ ਆਪਣੇ ਆਪਣਾ ਵੀ ਇਹ ਮੁਰਗੀ ਦਾ ਮੀਟ ਆ ਇਹਨੂੰ ਆਪਾਂ ਲੈ ਕੇ ਗਰਮ ਕਰਕੇ ਖਾ ਸਕਦੇ ਹਾਂ ਵੀ ਇਹ ਹਾਫ ਕੁੱਕ ਹੋਇਆ ਜਾਂਦਾ ਇੱਕ ਸਾਫ ਤਰ੍ਹਾਂ ਦਾ ਅਤੇ ਇਹ ਜਿਹੜੇ ਇਹ ਕੱਚੇ ਨੇ ਬਸ ਇਹਨਾਂ ਨੂੰ ਸ਼ੇਪ ਦਿੱਤੀ ਹੰਬਰਗਰ ਜਿਹਨੂੰ ਕਹਿ ਦਿੰਦੇ ਹਾਂ ਅਤੇ ਇਹ ਜਿਹੜੀ ਕੀ ਤਕੀਨੋ ਹੈ ਤਕੀਨੋ ਦੀ ਯਾਰ ਇਹ ਵੀ ਆਪਾਂ ਨੂੰ ਟਰਾਂਸਲੇਟ ਕਰਨੀ ਪੈਣੀ ਸਕਰੀਨ 'ਤੇ
ਤੇ ਹੁਣ ਜੇ ਆਪਾਂ ਰੇਟ ਰੂਟ ਪਤਾ ਕਰਨੇ ਹੋਣ ਵੀ ਕਿੰਨਾ ਕੁ ਮਹਿੰਗਾ ਹੈ ਕੋਕ ਜਿਹੜਾ ਵਰਲਡ ਵਾਈਡ ਮਿਲਦਾ ਸਾਰੇ ਪਾਸੇ ਮਿਲਦਾ ਜੇ ਆਪਾਂ ਇੱਥੋਂ ਕੋਕ ਦੀ ਇੱਕ ਬੋਟਲ ਲੈਣੀ ਹੋਏ ਜਿਹੜੀ ਕਿ ਕਿੰਨੇ ਐਮ ਐਲ ਦੀ 500 ਐਮ ਐਲ ਦੀ ਹੈ ਅਤੇ ਇਹਦਾ ਰੇਟ ਹੈ 85 ਸੈਂਟ ਅਤੇ ਸਕਰੀਨ 'ਤੇ ਤਾਂ ਆਪਾਂ ਰੇਟ ਇੰਡੀਅਨ ਰੁਪਈਆਂ 'ਚ ਵੀ ਦੱਸਣੇ ਪਏ ਆਪਾਂ ਹਿਸਾਬ ਲਾ ਸਕਦੇ ਹਾਂ ਵੀ ਕਿੰਨੇ ਕੁ ਦਾ ਸਮਾਨ ਇੱਥੋਂ ਮਿਲਦਾ ਅਤੇ ਬਾਕੀ ਯੂਰਪ ਦੀਆਂ ਕੰਟਰੀਆਂ ਨਾਲੋਂ ਇਟਲੀ ਕਾਫੀ ਹੱਦ ਤੱਕ ਵੀ ਸਸਤਾ ਹੈ ਵੀ ਜਿਵੇਂ ਜਰਮਨ ਹੈ ਜਰਮਨ 'ਚ ਵੀ ਮਹਿੰਗਾਈ ਜ਼ਿਆਦਾ ਹੈ ਅਤੇ ਸਵਿਟਜ਼ਰਲੈਂਡ ਜਿਵੇਂ ਆਪਾਂ ਗਏ ਹੋਏ ਸਵਿਟਜ਼ਰਲੈਂਡ ਵੀ ਜ਼ਿਆਦਾ ਮਹਿੰਗਾ ਹੈ ਅਤੇ ਉਹਨਾਂ ਦੇ ਮੁਕਾਬਲੇ ਜਿਹੜਾ ਇਟਲੀ ਹੈ ਵੀ ਥੋੜ੍ਹਾ ਸਸਤਾ ਪੈਂਦਾ ਸਮਾਨ ਸਮੂਨ ਜਾਇਜ਼ ਰੇਟਾਂ 'ਤੇ ਮਿਲ ਜਾਂਦਾ ਇੰਨਾ ਕੁ ਜੇ ਆਪਾਂ ਲੈਣਾ ਹੋਏ ਤਾਂ ਕੀ ਲੈ ਰਿਹਾ ਹਾਂਜੀ ਨੀਨਾ ਨੂੰ ਅਜੇ ਕੁਛ ਨਹੀਂ ਲੈ ਕੇ ਦਿੱਤਾ ਆਪਾਂ ਨੀਨਾ ਤੇਰੀ ਰੇਟ 'ਚ ਕੀ ਪਾਈ ਹੈ ਲੈ ਕੇ ਅਤੇ ਆ ਭਾਈ ਸਾਹਿਬ ਜੀ ਰੇਟ ਪਿੱਛੇ ਹਾਂਜੀ ਕੀ ਕਰਾਂ ਕੀ ਲਓ ਜੀ ਫਿਰ ਹੁਣ ਆਪਾਂ ਹੈਗੇ ਹੁਣ ਵੀ ਦੁੱਧ ਦੇ ਪ੍ਰੋਡਕਟ ਵਾਲੇ ਏਰੀਏ ਦੇ ਵਿੱਚ ਵੀ ਇੱਥੋਂ ਤੁਹਾਨੂੰ ਦਹੀਂ ਦਿਖਾਉਂਦੇ ਹਾਂ ਵੀ ਦਹੀਂ ਇੱਥੇ ਦਾ ਜਿਹੜਾ ਆਪਾਂ ਖਾਈਦਾ ਕਿਵੇਂ ਦਾ ਡੱਬਿਆਂ ਦੇ ਵਿੱਚ ਆਉਂਦਾ ਵੀ ਪਿਓਰ ਦਹੀਂ ਹੁੰਦਾ ਜਿਹੜਾ ਕਿ ਕਾਫੀ ਟੇਸਟੀ ਹੁੰਦਾ ਵੀ ਅਕਸਰ ਆਪਾਂ ਇਹਦਾ ਦਹੀਂ ਇਸਤੇਮਾਲ ਕਰਨੇ ਪਏ ਕਾਫੀ ਸਾਲਾਂ ਤੋਂ ਅਤੇ ਵੀ ਬਿਲਕੁਲ ਖੱਟਾ ਨਹੀਂ ਹੁੰਦਾ ਹੈਗਾ ਨਾਲੇ ਵੀ ਜਿਵੇਂ ਬੈਲੈਂਸ ਦਾ ਟੇਸਟ ਹੁੰਦਾ ਵੀ ਬਹੁਤ ਟੇਸਟੀ ਹੁੰਦਾ ਦਹੀਂ ਇਹਨਾਂ ਦਾ ਬਾਕੀ ਇਹ ਸਾਰਾ ਸਮਾਨ ਦੁੱਧ ਦੇ ਪ੍ਰੋਡਕਟ ਹੀ ਨੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਪ੍ਰੋਡਕਟ ਜਿਹੜੇ ਬਣਾਉਂਦੇ ਨੇ ਦੁੱਧ ਦਾੜੇ ਇੱਥੇ ਕੀ ਲੱਭਦੇ ਪਏ ਇੱਥੋਂ ਹੁਣ ਸਰ ਜੀ ਫੈਲਪਾ ਦੇਖੀ ਕੋਟੀ ਕਿੱਡੀ ਸੋਹਣੀ ਲੱਗੀ ਵਾਲੀ ਹੈ ਨਾ ਨੀਂਦ ਵਾਸਤੇ ਅਵਲੀਨ ਵਾਸਤੇ ਕੋਟੀ ਦੇਖੀ ਸਾਇਜ਼ ਹੈਗਾ ਅਵਲੀਨ ਦੇ ਨਾਲ ਦਾ ਕਿੰਨੀ ਗਰਮ ਗਰਮ ਲੱਗਦੀ ਵੀ ਦੇਖਣ ਨੂੰ ਕਿੰਨੇ ਦੀ ਲਾਈ ਹੈ 15 ਯੂਰੋ ਦੀ ਅਤੇ ਇੱਥੇ ਜੀ ਪਾਣੀ ਵਰਤੀ ਦਾ ਫਿਰ ਅਸੀਂ ਬੋਤਲਾਂ ਨਾਲ ਅਤੇ ਇੱਥੋਂ ਲੈਣ ਲੱਗੇ ਹੁਣ ਆਪਾਂ ਪਾਣੀ ਜਿਹੜੀ ਕਿ 2 ਲੀਟਰ ਦੀ ਇੱਕ ਬੋਤਲ ਏ 21 ਸੈਂਟ ਦੀ ਮਿਲ ਜਾਂਦੀ ਆਪਾਂ ਨੂੰ ਇੱਥੇ ਅਤੇ ਪਾਣੀ ਜਿਹੜਾ ਇਕੱਠਾ ਹੀ ਲੈ ਜਾਈਦਾ ਵੀ ਇੱਦਾਂ ਦੇ ਕਾਸੇ ਬੋਲਦੇ ਹਾਂ ਅਸੀਂ ਇੱਥੋਂ ਇਹ ਇੱਕ ਕਾਸੇ 'ਚ 6 ਬੋਤਲਾਂ ਹੁੰਦੀਆਂ ਅਤੇ ਹੁਣ ਆਪਾਂ 5-6 ਕਾਸੇ ਭਰ ਲੈਣੇ ਨੇ ਰੇੜੀ ਦੇ ਵਿੱਚ ਸੋ ਹਾਲਾਤ ਨੇ ਜਿਹੜੇ ਵੀ ਦਿਨੋਂ ਦਿਨ ਮਹਿੰਗਾਈ ਦੇ ਕਰਕੇ ਬੜੇ ਔਖੇ ਹੋ ਗਏ ਨੇ ਆਪਣੇ ਆਪ ਜੋ ਫੈਮਿਲੀ ਨਾਲ ਮੈਨੇਜ ਕਰ ਪਾਉਣਾ ਬੜਾ ਔਖਾ ਹੈ ਇਟਲੀ ਦੇ ਵਿੱਚ ਅਤੇ ਆਏ ਜੀ ਦੁੱਧ ਜਿਹਦਾ ਜਿਹਦੇ ਬਿਨਾਂ ਆਪਣਾ ਬਿਲਕੁਲ ਨਹੀਂ ਸਰਦਾ ਹੈਗਾ ਇੰਡੀਅਨ ਦਾ ਖਾਸ ਕਰਕੇ ਅਤੇ ਜਿਹਦਾ ਕਿ ਪ੍ਰਾਈਸ 1 ਯੂਰੋ 1 ਲੀਟਰ ਦਾ ਅਤੇ ਇਹ ਵੀ ਦੁੱਧ ਵੀ ਜਿਹੜੇ ਆਪਣੇ ਕੋਲ ਵੱਖਰੀ ਵੱਖਰੀ ਇੱਥੋਂ ਇਹਨਾਂ ਕੋਲੋਂ ਵੱਖਰੀ ਵੱਖਰੀ ਟਾਈਪ ਦੇ ਮਿਲ ਜਾਂਦੇ ਨੇ ਕਿੰਨੀ ਫੈਟ ਵਾਲਾ ਤੁਸੀਂ ਦੁੱਧ ਲੈਣਾ ਫੁੱਲ ਫੈਟ ਵਾਲਾ ਲੈਣਾ ਹਾਫ ਫੈਟ ਵਾਲਾ ਲੈਣਾ ਬਿਨਾਂ ਫੈਟ ਵਾਲਾ ਲੈਣਾ ਸਾਰੇ ਤਰ੍ਹਾਂ ਦੇ ਦੁੱਧ ਮਿਲ ਜਾਂਦੇ ਨੇ ਅਤੇ ਖਾਣ ਪੀਣ ਵਾਲੀਆਂ ਬਹੁਤ ਸਾਰੀਆਂ ਇੱਥੇ ਵਰਾਇਟੀਆਂ ਹੈਗੀਆਂ ਅਤੇ ਵਧੀਆ ਸਮਾਨ ਜਿਹੜਾ ਮਿਲ ਜਾਂਦਾ ਤੁਹਾਡੇ 'ਤੇ ਡਿਪੈਂਡ ਕਰਦਾ ਤੁਹਾਡੀ ਸਿਹਤ 'ਤੇ ਡਿਪੈਂਡ ਕਰਦਾ ਤੁਸੀਂ ਕਿੱਦਾਂ ਦੇ ਪ੍ਰੋਡਕਟ ਲੈਣਾ ਚਾਹੁੰਦੇ ਹੋ ਯੂਜ਼ ਕਰਨਾ ਚਾਹੁੰਦੇ ਹੋ ਕਿੱਦਾਂ ਦੇ ਇੱਥੋਂ ਪ੍ਰੋਡਕਟ ਤੁਹਾਨੂੰ ਮਿਲ ਜਾਂਦੇ ਨੇ ਹਾਂਜੀ ਸੋ ਆਹ ਸੀ ਜੀ ਸਾਡੇ ਛੋਟੇ ਜਿਹੇ ਵਲੌਗ ਦੀ ਕੋਸ਼ਿਸ਼ ਉਮੀਦ ਕਰਨਾ ਤੁਹਾਨੂੰ ਵਧੀਆ ਲੱਗੀ ਹੋਏਗੀ ਜਿਸ 'ਚ ਤੁਹਾਡਾ ਨਾਲ ਸਹਿੰਦ ਹੈ ਕੁਛ ਕਰਨ ਦੀ ਕੋਸ਼ਿਸ਼ ਕੀਤੀ ਕਿ ਵੀ ਇਟਲੀ ਦੇ ਜਿਹੜੇ ਮਾਰਕੀਟਾਂ ਦੇ ਪ੍ਰਾਈਸ ਕੀ ਕਹਿੰਦੇ ਨੇ ਜੇ ਤਾਂ ਪਹਿਲੀ ਵਾਰ ਆਏ ਸੀ ਸਾਡੀ ਵੀਡੀਓ ਦੇਖਣ ਪਲੀਜ਼ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੋ ਇੱਦਾਂ ਦੇ ਅਸੀਂ ਟੂਰ ਐਂਡ ਟਰੈਵਲ ਨੂੰ ਯੂਰਪ ਦੇ ਵਿੱਚ ਬਹੁਤ ਸਾਰੀ ਇਦਾਂ ਦੀਆਂ ਵੀਡੀਓ ਬਣਾਈ ਜਾਂਦੀਆਂ ਅਤੇ ਮਿਲਦੇ ਹਾਂ ਬੜੀ ਜਲਦੀ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਅਤੇ ਸਤਿ ਸ਼੍ਰੀ ਅਕਾਲ